ਸਾਰੀਆਂ ਸਰਕਾਰਾਂ ਆਈਆਂ ਕਿ ਬੁੱਢਾ ਦਰਿਆ ਦਰਿਆ ਬਣ ਪਾਇਆ, ਸਾਫ਼ ਹੋ ਪਾਇਆ। ਤੁਸੀਂ ਇੰਡਸਟਰੀ ਏਰੀਆ ਦੇ ਵਿੱਚ ਜਾ ਕੇ ਦੇਖੋ ਕਿ ਉੱਥੇ ਹਾਲ ਕੀ ਆ ਸੜਕਾਂ ਦਾ। ਜਿਹੜਾ ਅਮੀਰ ਆਦਮੀ ਹੈ ਉਹ ਤਾਂ ਗੱਡੀ ਦੇ ਵਿੱਚ ਬਹਿ ਕੇ ਏ ਸੀ ਵਾਲੀ ਕਾਰ 'ਚ ਬਹਿ ਕੇ ਚਲੇ ਜਾਂਦਾ ਵਾ, ਇਹ ਗਰੀਬ ਜਿਹੜੇ ਮਜ਼ਦੂਰ ਆ ਨਾ ਉਹ ਮਿੱਟੀ ਖਾ ਰਹੇ। ਤਾਂ ਮਤਲਬ ਮੈਨੂੰ ਇਹ ਲੱਗਿਆ ਕਿ ਵਾਲਮੀਕਿ ਸਮਾਜ ਦੀ ਵੋਟ ਨੂੰ ਵੋਟ ਹੀ ਨਹੀਂ ਸਮਝਦਾ। ਉਮੀਦਵਾਰ ਮੈਂ ਉਦੋਂ ਬਣਾਂਗਾ ਜਦੋਂ ਮੇਰਾ ਭਾਈਚਾਰਾ ਕਹੇਗਾ। ਪਰ ਨਰੇਸ਼ ਸਿੰਘ ਆਨ ਕਦੇ ਵਿਕੇਗਾ ਨਹੀਂ, ਕਦੇ ਕੋਈ ਬੰਦਾ ਆ ਕੇ ਲਾਲਚ ਦੇ ਦਿਓ ਉਹਨੂੰ ਵੀ ਹਾਂ ਜੀ ਤੈਨੂੰ ਉਹ ਤਾਂ ਨਾ ਮੈਂ ਉਹਦੇ ਦਾ ਭੁੱਖਾ ਮੈਂ ਹੋਰ ਨਾ ਮੈਂ ਉਹਦੇ ਪਿੱਛੇ ਕਦੇ ਕਰਿਆ ਕਿ ਇੱਕ ਮਿਸਾਲ ਕਾਇਮ ਹੋਏਗੀ ਵੀ ਇੱਕ ਆਮ ਆਦਮੀ ਮੇਰੇ ਵਰਗਾ ਵੀ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ। ਜਨਹਿਤੈਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ। ਕੱਲ ਜਨਹਿਤੈਸ਼ੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮੁਨੀਸ਼ ਵਿਸ਼ਿਸ਼ਟ। ਚੋਣ ਅਖਾੜਾ ਲਗਾਤਾਰ ਜਿਹੜਾ ਭਗਦਾ ਹੋਇਆ ਨਜ਼ਰ ਆ ਰਿਹਾ। ਲੁਧਿਆਣਾ ਦੀ ਜੇਕਰ ਗੱਲ ਕਰੀਏ ਤਾਂ ਤਿੰਨ ਪਾਰਟੀਆਂ ਵੱਲੋਂ ਜਿਹੜੇ ਆਪਣੇ ਕੈਂਡੀਡੇਟ ਅਨਾਊਂਸ ਕਰ ਦਿੱਤੇ ਗਏ ਆ, ਤੇ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਜਿਹੜਾ ਉਹਨਾਂ ਦੇ ਵੱਲੋਂ ਵੀ ਕੈਂਡੀਡੇਟ ਜਿਹੜਾ ਅਨਾਊਂਸ ਕਰ ਦਿੱਤਾ ਜਾਏਗਾ। ਹਾਲਾਂਕਿ ਇਸ ਦੇ ਵਿੱਚ ਜੇ ਗੱਲ ਕਰੀਏ ਐਸੀ ਭਾਈਚਾਰੇ ਦੀ ਤਾਂ ਐਸੀ ਭਾਈਚਾਰੇ ਦੇ ਵਿੱਚ ਕਿਤੇ ਨਾ ਕਿਤੇ ਖਾਮੀ ਦੇਖਣ ਨੂੰ ਮਿਲ ਰਹੀ ਹੈ। ਗੱਲਬਾਤ ਵੀ ਕਰਾਂਗੇ, ਸਾਡੇ ਨਾਲ ਨਰੇਸ਼ ਧੀਗਾਨ ਜੀ ਮੌਜੂਦ ਨੇ। ਸਰ, ਪਹਿਲਾਂ ਤਾਂ ਪਾਰਟੀਆਂ ਵੱਲੋਂ ਅਨਾਊਂਸਮੈਂਟ ਕਰ ਦਿੱਤੇ ਗਏ ਕੈਂਡੀਡੇਟ, ਕਿਸ ਤਰ੍ਹਾਂ ਦੇਖਦੇ ਹੋ? ਆਪਣੇ ਭਾਈਚਾਰੇ 'ਚ ਕੋਈ ਵੀ ਹਾਲੇ ਤੱਕ ਇੱਕ ਵੀ ਕੈਂਡੀਡੇਟ ਜਿਹੜਾ ਵਿਸ਼ਿਸ਼ਟ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਵਾਂ ਜੀ। ਔਰ ਜਨ ਦੀ ਆਵਾਜ਼ ਹੋ ਤੁਸੀਂ, ਜਨਹਿਤੈਸ਼ੀ ਚੈਨਲ ਚਲਾ ਰਹੇ ਹੋ ਜੀ, ਔਰ ਅੱਜ ਸਾਰੀਆਂ ਪਾਰਟੀਆਂ ਆਪਣਾ ਆਪਣਾ ਕੰਮ ਕਰ ਰਹੀਆਂ ਜੀ। ਔਰ ਅੱਜ ਵਾਲਮੀਕਿ ਸਮਾਜ ਲੰਬੇ ਸਮੇਂ ਤੋਂ ਸਾਰੀਆਂ ਪਾਰਟੀਆਂ ਨੂੰ ਵੋਟਾਂ ਪਾਉਂਦਾ ਆ ਰਿਹਾ ਵਾ, ਪਰ ਜਿਹੜੀਆਂ ਪਾਰਟੀਆਂ ਵਾ ਉਹ ਵਾਲਮੀਕਿ ਸਮਾਜ ਨੂੰ ਬਿਲਕੁਲ ਇਗਨੋਰ ਕਰਿਆ ਹੋਇਆ ਵਾ। ਕੋਈ ਇੱਥੇ ਕਦੇ ਚਰਚਾ ਨਹੀਂ ਹੁੰਦੀ, ਚਾਹੇ ਉਹ ਵਿਧਾਨ ਸਭਾ ਹੋਵੇ, ਚਾਹੇ ਪਾਰਲੀਮੈਂਟ ਹੋਵੇ ਜਾਂ ਕੌਂਸਲਰ ਹੋਵੇ ਜੀ। ਇਸ ਕਰਕੇ ਸਾਡੇ ਵੋਟ ਬੈਂਕ ਨੂੰ ਕੋਈ ਵੋਟ ਬੈਂਕ ਨਹੀਂ ਸਮਝ ਰਿਹਾ ਜੀ। ਤਾਂ ਇਸ ਕਰਕੇ ਅੱਜ ਭਾਈਚਾਰਾ ਵਾ ਜਿਹੜਾ ਉਹ ਫੈਸਲਾ ਕਰ ਰਿਹਾ ਵਾ ਜੀ। ਔਰ ਮੈਂ ਸਮਝਦਾ ਜੋ ਭਾਈਚਾਰਾ ਫੈਸਲਾ ਕਰੇਗਾ ਉਹ 'ਤੇ ਮੈਂ ਫੁੱਲ ਚੜਾਵਾਂਗਾ। ਸੋ ਜੇ ਗੱਲ ਕਰੀਏ ਲੁਧਿਆਣਾ ਦੀ ਤਾਂ ਸ਼ਹਿਰ ਦੇ ਵਿੱਚ ਚਰਚਾ ਹੈਗੀ, ਧਗਾਨ ਸਾਹਿਬ ਵੀ ਜਿਹੜੇ ਐਮ ਪੀ ਇਲੈਕਸ਼ਨ ਲੜਨ ਜਾ ਰਹੇ ਨੇ, ਕਿਸ ਤਰ੍ਹਾਂ ਦੀ ਤਿਆਰੀ ਰਹੇਗੀ, ਕਿਉਂ ਇਹ ਸਟੈਪ ਚੱਕਣਾ ਪੈ ਰਿਹਾ ਆਪਾਂ ਨੂੰ? ਇਹ ਲੋਕਾਂ ਦਾ, ਇਹ ਤਾਂ ਪਿਆਰ ਆ ਲੋਕਾਂ ਦਾ ਜੀ, ਵੀ ਜੇ ਲੋਕ ਮੈਨੂੰ ਕਹਿਣਗੇ ਜੀ ਵੀ ਤੁਸੀਂ ਆਓ ਮੈਦਾਨ 'ਚ ਜੀ ਤਾਂ ਮੈਂ ਹਾਜ਼ਰ ਹਾਂ ਜੀ। ਤਾਂ ਇਹ ਲੋਕਾਂ ਦਾ ਉਹ ਹੈ, ਕਿਉਂਕਿ ਜਨ ਦੀ ਆਵਾਜ਼ ਹੈ। ਔਰ ਸਾਡਾ ਭਾਈਚਾਰਾ ਉਹ ਭਾਈਚਾਰਾ ਵਾ ਜਿਹੜਾ ਸਭ ਤੋਂ ਜ਼ਿਆਦਾ ਮਿਹਨਤ ਕਰਦਾ ਵਾ ਔਰ ਸਭ ਤੋਂ ਥੱਲੜੇ ਪਾਈਦਾਨ 'ਤੇ ਬੈਠਾ ਹੋਇਆ ਵਾ ਜੀ। ਇਸ ਕਰਕੇ ਇਹਦੇ ਉੱਤੇ ਕਦੇ ਕਿਸੇ ਸਰਕਾਰਾਂ ਨੇ ਚਰਚਾ ਨਹੀਂ ਕਰੀ, ਸਾਨੂੰ ਸਿਰਫ ਇੱਕ ਵੋਟ ਬੈਂਕ ਦੇ ਰੂਪ ਦੇ ਵਿੱਚ ਇਸਤੇਮਾਲ ਕੀਤਾ ਵਾ ਹੁਣ ਤੱਕ ਜੀ। ਤਾਂ ਇਸ ਕਰਕੇ ਇਹਦੇ ਬਾਰੇ ਹੁਣ ਭਾਈਚਾਰਾ ਸਾਡੇ ਧਰਮ ਗੁਰੂ ਹੈ, ਸੰਗਠਨ ਦੇ ਹੋਰ ਹੈ, ਉਹਨਾਂ ਦਾ ਫੈਸਲਾ ਹੋਣਾ ਵਾ। ਜੋ ਉਹ ਫੈਸਲਾ ਕਰਨਗੇ ਉਹ ਮੇਰੇ ਸਿਰ ਮੱਥੇ ਆ, ਬਾਕੀ ਉਹਨਾਂ ਦੇ ਹੁਕਮ ਜਾਂ ਉਹਨਾਂ ਦੇ ਆਦੇਸ਼ ਦੇ ਮੁਤਾਬਕ ਮੈਂ ਫੁੱਲ ਚੜਾਵਾਂ। ਸੋ ਜੇ ਗੱਲ ਕਰੀਏ ਤਾਂ ਤੁਸੀਂ ਅਨਾਊਂਸ ਵੀ ਕਹਿੰਦੇ ਕਰ ਦਿੱਤਾ, ਪ੍ਰੈਸ ਦੇ ਵਿੱਚ ਵੀ ਦੋ ਚਾਰ ਖਬਰਾਂ ਵੀ ਲੱਗੀਆਂ ਕਿ ਜਿਹੜੇ ਉਮੀਦਵਾਰ ਵਜੋਂ ਜੀ ਨਰੇਸ਼ ਧੀਗਾਨ ਜੀ ਨੂੰ ਜਿਹੜਾ ਇਲੈਕਟ ਕੀਤਾ ਗਿਆ, ਤਾਂ ਕਿਸ ਤਰ੍ਹਾਂ ਦੇ ਜਿਹੜੇ ਕੰਮ ਤਾਂ ਅਸੀਂ ਦੇਖਦੇ ਹਾਂ, ਕਿਉਂਕਿ ਬਾਕੀ ਵੀ ਐਮ ਪੀ ਬਣੇ ਆ, ਬਾਕੀ ਵੀ ਐਮ ਪੀ ਬਣ ਚੁੱਕੇ ਨੇ, ਕੰਮ ਵੀ ਕੀਤੇ, ਤੁਸੀਂ ਕਿਹੜੇ ਕੰਮ ਕਰੋਗੇ ਜਿਹੜੇ? ਵਸ਼ਿਸ਼ਟ ਜੀ, ਸਭ ਤੋਂ ਪਹਿਲੀ ਗੱਲ ਹੈ ਕਿ ਪਰਮ ਪੂਜਨੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦਾ 14 ਅਪ੍ਰੈਲ ਦਾ ਅਸੀਂ ਪ੍ਰੋਗਰਾਮ ਬਣਾਇਆ ਸੀ ਜੀ ਬਾਬਾ ਸਾਹਿਬ ਦਾ, ਔਰ ਉਹਦੇ ਵਿੱਚ ਸਾਡੇ ਧਰਮ ਗੁਰੂ ਆਏ ਸੀ ਸੋਮੀ ਚੰਦਰਪਾਲ ਨਾਰੇ ਜੀ, ਤਾਂ ਉਹ ਆ ਕੇ ਅਨਾਊਂਸਮੈਂਟ ਕਰਕੇ ਗਏ ਆ ਜੀ। ਉਸ ਤੋਂ ਬਾਅਦ ਉਹਨਾਂ ਦੀ ਅਨਾਊਂਸਮੈਂਟ ਹੈ
ਔਰ ਜਿਹੜੀ ਮੇਰੇ ਵੱਲੋਂ ਹੈ ਜੀ, ਲੁਧਿਆਣੇ ਦੀ ਜਿਹੜੀ ਜਨਤਾ ਵਾ, ਲੁਧਿਆਣੇ ਦੇ ਜਿਹੜੇ ਗਰੀਬ ਲੋਕ ਆ, ਮਜ਼ਦੂਰ ਲੋਕ ਆ, ਜਿਨ੍ਹਾਂ ਦੀ ਮੈਂ ਸਮਝਦਾ ਕਿ ਕੋਈ ਆਵਾਜ਼ ਨਹੀਂ ਚੁੱਕਦਾ ਜੀ, ਉਹਨਾਂ ਨੂੰ ਸਿਰਫ ਵੋਟ ਬੈਂਕ ਦੇ ਦੁਬਾਰਾ ਹੀ ਇਸਤੇਮਾਲ ਕੀਤਾ ਜਾਂਦਾ, ਵੋਟਾਂ ਲੈਣ ਤੋਂ ਬਾਅਦ ਜਾਓ, ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਲਾਲਚ ਵੀ ਦਿੱਤੇ ਜਾਂਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਮਿਹਣੇ ਵੀ ਮਾਰੇ ਜਾਂਦੇ, ਤਾਨੇ ਵੀ ਮਾਰੇ ਜਾਂਦੇ ਆ ਵੀ ਤੁਹਾਨੂੰ ਇਹ ਦਿੱਤਾ ਜੀ, ਤੁਹਾਨੂੰ ਇਹ ਦਿੱਤਾ। ਮੈਂ ਤਾਂ ਮਜ਼ਦੂਰਾਂ ਦੀ ਆਵਾਜ਼, ਜਿਹੜੀ ਗਰੀਬਾਂ ਦੀ ਆਵਾਜ਼ ਚੁੱਕਣ ਦੀ ਗੱਲ ਕਰ ਰਿਹਾ ਮੈਂ, ਔਰ ਅੱਗੇ ਜੋ ਸਾਰਾ ਮਿਲ ਕੇ ਲੁਧਿਆਣੇ ਦਾ ਜਨ ਚੁੱਕੇਗਾ ਉਹਦੇ ਲਈ ਮੈਂ ਸੇਵਾ ਦੇ ਵਿੱਚ ਹਾਜ਼ਰ ਰਹਾਂਗਾ। ਔਰ ਅੱਜ ਪਲੈਨ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਲੁਧਿਆਣਾ ਜਿਹੜਾ ਵਾ, ਅੱਜ ਤੁਸੀਂ ਦੇਖੋ ਸਭ ਤੋਂ ਵੱਡਾ ਮਹਾਂਨਗਰ ਲੁਧਿਆਣਾ ਸਾਡਾ। ਅੱਜ ਗੱਲ ਆਪਾਂ ਬੁੱਢੇ ਦਰਿਆ ਦੀ ਕਰ ਲਈਏ, ਸਾਰੀਆਂ ਸਰਕਾਰਾਂ ਆਈਆਂ ਕਿ ਬੁੱਢਾ ਦਰਿਆ ਦਰਿਆ ਬਣ ਪਾਇਆ, ਸਾਫ਼ ਹੋ ਪਾਇਆ। ਅੱਜ ਟ੍ਰੈਫਿਕ ਦੀ ਗੱਲ ਆਪਾਂ ਕਰ ਲਈਏ, ਲੁਧਿਆਣੇ ਦੀ ਟ੍ਰੈਫਿਕ ਦਾ ਕੀ ਹਾਲ ਆ? ਇਹ ਉਦਯੋਗ ਨਗਰੀ ਕਿਹਾ ਜਾਂਦਾ ਇਹਨੂੰ, ਤੁਸੀਂ ਇੰਡਸਟਰੀ ਏਰੀਆ ਦੇ ਵਿੱਚ ਜਾ ਕੇ ਦੇਖੋ ਕਿ ਉੱਥੇ ਹਾਲ ਕੀ ਆ ਸੜਕਾਂ ਦਾ, ਇੰਨੇ ਟੋਏ ਪਏ ਹੋਏ ਆ, ਮਿੱਟੀ ਧੂੜ ਜਿਹੜੀ ਉੱਡਦੀ ਆ। ਜਿਹੜਾ ਅਮੀਰ ਆਦਮੀ ਹੈ ਉਹ ਤਾਂ ਗੱਡੀ ਦੇ ਵਿੱਚ ਬਹਿ ਕੇ, ਏਸੀ ਵਾਲੀ ਕਾਰ 'ਚ ਬਹਿ ਕੇ ਚਲੇ ਜਾਂਦਾ ਵਾ, ਮਿੱਟੀ ਉਹਦੇ ਨੱਕ ਜਾਂ ਕੰਨ ਜਾਂ ਮੂੰਹ 'ਚ ਨਹੀਂ ਵੜਦੀ। ਇਹ ਗਰੀਬ ਜਿਹੜੇ ਮਜ਼ਦੂਰ ਆ ਨਾ, ਉਹ ਮਿੱਟੀ ਖਾ ਰਹੇ ਆ। ਅਤੇ ਇਹੋ ਜਿਹੇ ਬਹੁਤ ਸਾਰੇ ਮੁੱਦੇ ਆ ਜਿਹੜੇ ਕਿ ਲੁਧਿਆਣੇ ਦੇ ਜਿਹੜੇ ਉਹ ਠੀਕ ਕਰਨ ਵਾਲੇ ਆ। ਤਾਂ ਇਹ ਆ ਵੀ ਜੋ ਲੋਕਾਂ ਦੀ ਆਵਾਜ਼ ਹੋਏਗੀ, ਜੋ ਲੋਕ ਕਹਿਣਗੇ, ਉਹ ਸਾਰੇ ਜਿਹੜੇ ਮਸਲੇ ਹੱਲ ਕਰਾਵਾਂਗੇ। ਸੋ ਜੇਕਰ ਗੱਲ ਕਰੀਏ ਤਾਂ MP ਉਮੀਦਵਾਰ ਵੱਲੋਂ ਤੁਸੀਂ ਕਿਸੇ ਪਾਰਟੀ ਨੂੰ ਨਹੀਂ ਅਪਰੋਚ ਕੀਤਾ ਕਿ ਹਾਂ ਵੀ ਸਾਨੂੰ ਟਿਕਟ ਦਿੱਤੀ ਜਾਵੇ, ਜਾਂ ਤੁਸੀਂ ਆਪ ਲੜਨਾ ਚਾਹੁੰਦੇ ਹੋ? ਪਹਿਲਾਂ ਤਾਂ ਮੈਨੂੰ ਇਹ ਦੱਸ ਦਿਓ ਕਿ ਤੁਸੀਂ ਲੜਨਾ ਚਾਹੁੰਦੇ ਹੋ। ਮੈਂ ਗੱਲ ਇਹ ਹੈ ਕਿ ਮੈਂ 2019 ਦੇ ਵਿੱਚ ਵੀ ਜੀ ਫਤਿਹਗੜ੍ਹ ਸਾਹਿਬ ਤੋਂ ਟਿਕਟ ਦੀ ਮੰਗ ਕਰੀ ਸੀ ਜੀ, ਔਰ ਐਤਕੀ ਵੀ ਮੈਂ ਜਿਹੜੀ ਆ ਕਿਹੜੀ ਪਾਰਟੀ ਤੋਂ ਕੀਤੀ? ਮੈਂ ਕਰੀ ਸੀ ਕਾਂਗਰਸ ਪਾਰਟੀ ਤੋਂ ਜੀ, ਔਰ ਹੁਣ ਮੈਂ ਆਮ ਆਦਮੀ ਪਾਰਟੀ ਤੋਂ ਕਰੀ ਸੀ ਜੀ। ਔਰ ਆਮ ਆਦਮੀ ਪਾਰਟੀ ਤੋਂ ਮੈਂ ਕਰੀ ਤਾਂ ਕਈ ਵਾਰੀ ਮੈਨੂੰ ਨਹੀਂ ਪਤਾ ਵੀ ਕਿਸੇ ਨੂੰ ਪ੍ਰੈਜੀਡੈਂਟ ਬਣਾ ਦਿਉ ਜਾਂ ਕਿਸੇ ਨੂੰ ਆਗੂ ਬਣਾ ਦਿਉ ਜੀ, ਵੀ ਉਹਦਾ ਹੰਕਾਰ ਕਿਸ ਹੱਦ ਤੱਕ ਹੋ ਜਾਂਦਾ ਜੀ। ਸਰਕਾਰਾਂ ਆਉਂਦੀ ਜਾਂਦੀ ਰਹਿੰਦੀਆਂ, ਪਰ ਲੋਕ ਜਿਹੜੇ ਆਮ ਲੋਕ ਸੀ ਉਹਨਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਜੀ, ਚਾਹੇ ਪਹਿਲੀ ਬਣਾਈ ਚਾਹੇ ਦੂਜੀ ਜਾਂ ਤੀਜੀ, ਉਹਨਾਂ ਨੇ ਬਣਾਈ। ਪਰ ਸਰਕਾਰ ਬਣਨ ਤੋਂ ਬਾਅਦ ਅੱਖਾਂ ਪਲਟ ਜਾਂਦੀ ਆ, ਸਿਸਟਮ ਪਲਟ ਜਾਂਦਾ ਵਾ, ਇਸ ਕਰਕੇ ਮੈਂ ਟਿਕਟ ਐਤਕੀ ਵੀ ਕਰੀ। ਪਰ ਜਿਹੜਾ ਵਰਕਿੰਗ ਪ੍ਰੈਜੀਡੈਂਟ ਸੀ ਜੀ, ਉਹਨੇ ਪਤਾ ਨਹੀਂ ਸ਼ਾਇਦ ਲੱਗਦਾ ਅਕਸੈਪਟ ਹੀ ਨਹੀਂ ਕਰੀ ਜੀ। ਮਤਲਬ ਇਹ ਤਾਂ ਮਤਲਬ ਮੈਨੂੰ ਇਹ ਲੱਗਿਆ ਕਿ ਵਾਲਮੀਕਿ ਸਮਾਜ ਦੀ ਵੋਟ ਨੂੰ ਵੋਟ ਹੀ ਨਹੀਂ ਸਮਝਦੇ ਜੀ। ਤਾਂ ਇਸ ਕਰਕੇ ਮੈਂ ਆਪਣੇ ਭਾਈਚਾਰੇ 'ਚ ਗਿਆ, ਔਰ ਭਾਈਚਾਰੇ ਦੇ ਉੱਤੇ ਫੈਸਲਾ ਛੱਡਿਆ ਹੋਇਆ ਵਾ ਜੀ। ਉਮੀਦਵਾਰ ਮੈਂ ਉਦੋਂ ਬਣਾਂਗਾ ਜਦੋਂ ਮੇਰਾ ਭਾਈਚਾਰਾ ਕਹੇਗਾ, ਜਦੋਂ ਉਹ ਲੁਧਿਆਣੇ ਦਾ ਆਵਾਮ ਕਹੇਗਾ, ਲੁਧਿਆਣੇ ਦੇ ਮਜ਼ਦੂਰ, ਲੁਧਿਆਣਾ ਦੇ ਗਰੀਬ, ਲੁਧਿਆਣੇ ਦੇ ਜਿਹੜੇ ਲੋਕ ਆ, ਵਪਾਰੀ ਆ ਜੀ, ਜਿਹੜੇ ਉਹ ਲੋਕ ਮੈਨੂੰ ਕਹਿਣਗੇ ਵੀ ਆਓ ਮੈਦਾਨ 'ਚ ਜੀ, ਤਾਂ ਮੈਂ ਉਹਨਾਂ ਦਾ ਹੁਕਮ ਮੇਰੇ ਸਰ ਨੂੰ। ਲੋਕਾਂ ਦੇ ਵਿੱਚ ਇਹ ਵੀ ਚਰਚਾ ਹੈਗੀ ਕਿ ਧੀਗਾਨ ਸਾਹਿਬ ਨੇ ਅਨਾਊਂਸ ਕਰ ਦਿੱਤਾ ਇੱਕ ਤਰ੍ਹਾਂ ਕਿ ਹਾਂ ਵੀ ਮੈਂ MP ਦੇ ਵਿੱਚ ਲੜਨ ਜਾ ਰਿਹਾ, ਲੇਕਿਨ ਇਹ ਵੀ ਤਾਂ ਨਹੀਂ ਹੋਏਗਾ ਕਿ ਅਨਾਊਂਸ ਕਰ ਦਿੱਤਾ ਗਿਆ ਬਾਅਦ ਚੋਂ ਪਾਰਟੀਆਂ ਆਣ ਕਿ ਭਾਈ ਛੱਡ ਪਰਾਂ ਤੂੰ ਕੀ ਕਰਨਾ, ਤੈਨੂੰ ਅਹੁਦਾ ਦਵਾ ਦਿੰਦੇ ਤੂੰ ਬੈਠ ਜਾ, ਇਸ ਤਰ੍ਹਾਂ ਦਾ ਨਹੀਂ ਹੋਏਗਾ। ਸਾਰਾ ਕੁਛ ਹੋ ਸਕਦਾ ਵਾ ਜੀ, ਪਰ ਨਰੇਸ਼ ਧੀਗਾਨ ਕਦੇ ਵਿਕੇਗਾ ਨਹੀਂ ਜੀ। ਕਦੇ ਕੋਈ ਬੰਦਾ ਆ ਕੇ ਲਾਲਚ ਦੇ ਦੇਵੇ ਉਹਨੂੰ ਵੀ ਹਾਂ ਜੀ ਤੈਨੂੰ ਉਹਦਾ ਨਾਮ ਹੈ, ਉਹਦੇ ਦਾ ਭੁੱਖਾ ਮੈਂ, ਔਰ ਨਾ ਮੈਂ ਉਹਦੇ ਪਿੱਛੇ ਕਦੇ ਕਰਿਆ, ਮੈਂ ਤਾਂ ਉਹਦੇ ਦਵਾਣ ਵਾਲੇ 'ਚ ਵਾ ਜੀ। ਤਾਂ ਇਸ ਕਰਕੇ
ਲੋਕਾਂ ਦੇ ਵਿੱਚ ਚਰਚਾ ਹੈਗੀ ਨਾ ਕਿ ਇਦਾਂ ਹੁੰਦਾ ਹੈ। ਲੋਕ ਪਹਿਲਾਂ ਵੀ ਕਈ ਵਾਰੀ ਦੇਖਿਆ, ਕਈ ਜਗ੍ਹਾ ਦੇਖਿਆ ਕਿ ਲੋਕ ਖੜੇ ਹੋ ਜਾਂਦੇ ਆ, ਉਸ ਤੋਂ ਬਾਅਦ ਪੈਸੇ ਮਿਲਦੇ ਆ ਤੇ ਬੈਠ ਜਾਂਦੇ। ਇੱਕ ਤੁਸੀਂ ਆਪ ਦੇਖੋਗੇ ਵਸ਼ਿਸ਼ਟ ਜੀ, ਅੱਜ ਤੁਸੀਂ ਆਏ ਹੋ ਪਹਿਲੇ, ਔਰ ਪਹਿਲੀ ਵਾਰ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿ ਇੱਕ ਮਿਸਾਲ ਕਾਇਮ ਹੋਏਗੀ ਜੀ, ਵੀ ਇੱਕ ਆਮ ਆਦਮੀ ਮੇਰੇ ਵਰਗਾ ਜੀ, ਵੀ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ, ਔਰ ਕੋਈ ਨਾ ਪੈਸੇ ਦੇ ਉੱਤੇ ਵਿਕਾਂਗਾ ਨਾ ਅਹੁਦੇ ਦੇ ਉੱਤੇ, ਇਹ ਤਾਂ ਬਿਲਕੁਲ ਉਹ ਲੋਕ ਸੁਣ ਲੈਣ ਜੀ, ਵੀ ਉਹ ਤਾਂ ਭੁੱਲ ਹੀ ਜਾਣ ਜੀ, ਵੀ ਕੋਈ ਖਰੀਦ ਲਏਗਾ ਜਾਂ ਵਿਕ ਜਾਏਗਾ ਜੀ, ਨਾ ਮਰਨ ਤੋਂ ਡਰਦੇ ਆ, ਨਾ ਕਿਸੇ ਗੱਲ ਤੋਂ ਡਰਦੇ ਆ, ਨਾ ਕਿਸੇ ਨੁਕਸਾਨ ਤੋਂ ਡਰਦੇ ਆ ਜੀ। ਇਸ ਕਰਕੇ ਜੇ ਮੈਨੂੰ ਮੌਕਾ ਦੇਣਗੇ ਲੁਧਿਆਣੇ ਦੇ ਲੋਕ ਜੀ, ਜੇ ਉਹ ਮੈਨੂੰ ਕਹਿਣਗੇ ਤੁਸੀਂ ਖੜੇ ਹੋ ਜੀ, ਤਾਂ ਮੈਂ ਖੜਾ ਹੋਊਂਗਾ ਜੀ। ਫਿਲਹਾਲ ਸਾਡੇ ਧਰਮ ਗੁਰੂ ਜੋ ਚੰਡੀਗੜ੍ਹ ਦੇ ਵਿੱਚ ਰਹਿੰਦੇ ਆ, ਸੋਮੀ ਚੰਦਰਪਾਲ ਨਾਰੇ ਜੀ, 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਨੂੰ ਲੈ ਕੇ ਉਹਨਾਂ ਨੇ ਜੀ, ਵੀ ਬਾਬਾ ਸਾਹਿਬ ਨੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ, ਪਰ ਅੱਜ ਉਸ ਵੋਟ ਦੀ ਕੀਮਤ ਦਾ ਸ਼ਾਇਦ ਜਿਹੜੇ ਪੋਲੀਟੀਕਲ ਲੋਕ ਹੈਗੇ ਆ, ਜਿਹੜੀਆਂ ਪਾਰਟੀਆਂ ਵਾ, ਉਹ 5 ਸਾਲ ਲਈ ਆਉਂਦੀਆਂ, ਹੁਣ ਕਿਹੜੇ ਹਿਸਾਬ ਨਾਲ ਸਾਨੂੰ ਵਰਤਦੀ ਆ, ਪਰ ਗਰੀਬਾਂ ਦਾ ਉਹ ਭਲਾ ਨਹੀਂ ਕਰਦਾ। ਜੇ ਗੱਲ ਕਰੀਏ 75 ਸਾਲ ਹੋ ਗਏ ਆਪਾਂ ਨੂੰ, 75 ਸਾਲਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਕੀ ਕੁਝ ਤੁਹਾਨੂੰ ਬਦਲਿਆ ਹੋਇਆ ਨਜ਼ਰ ਆ ਰਿਹਾ, ਜਾਂ ਕੀ ਕੁਝ ਲੱਗ ਰਿਹਾ ਕਿ ਲੱਗਦਾ ਕਿ ਹਾਂ ਵੀ ਹਿੰਦੂ ਵੋਟ ਅਤੇ ਸਿੱਖ ਵੋਟ ਹੀ ਰਹਿ ਗਈ, ਤੁਹਾਨੂੰ ਤੁਹਾਡੀ ਕਮਿਊਨਿਟੀ ਨੂੰ ਕਿਤੇ ਨਾ ਕਿਤੇ ਪਿੱਛੇ ਨਜ਼ਰ ਆ ਰਿਹਾ? ਦੇਖੋ ਜਿਹੜੀ ਸਾਡੀ ਕਮਿਊਨਿਟੀ ਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਿੰਦੂ ਭਾਈਚਾਰਾ ਉਹ ਵੀ ਸਾਡਾ ਭਾਈਚਾਰਾ ਵਾ, ਸਿੱਖ ਵੀ ਸਾਡਾ ਵਾ ਜੀ, ਕਿਉਂਕਿ ਅਸੀਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਔਲਾਦ ਆ ਜੀ, ਜਿਨ੍ਹਾਂ ਨੇ ਯੋਗ ਸਿਸ਼ਟ ਮਹਾਰਾਮਾਇਣ ਦੀ ਰਚਨਾ ਕੀਤੀ, ਔਰ ਉਹ ਜਿਹੜੀ ਰਮਾਇਣ ਆ ਸ਼੍ਰੀ ਰਾਮ ਚੰਦਰ ਜੀ ਦਾ ਜੋ ਆ ਦੱਸਿਆ ਵਾ ਰਮਾਇਣ ਦੇ ਵਿੱਚ, ਉਹ ਸਾਰਿਆਂ ਲਈ ਆ, ਸਿੱਖ ਭਾਈਚਾਰੇ ਲਈ ਵੀ ਆ, ਹਿੰਦੂ ਭਾਈਚਾਰੇ ਲਈ ਆ, ਉਹ ਰਮਾਇਣ ਜਿਹੜੀ ਆ ਸਾਨੂੰ ਸੇਧ ਦਿੰਦੀ ਆ ਵੀ ਰਾਜਾ ਜਿਹੜਾ ਵਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਵਾ। ਸ਼੍ਰੀ ਰਾਮ ਚੰਦਰ ਜੀ ਨੂੰ ਦੇਖਿਆ ਨਾ ਰਾਜਪਾਠ ਉਹਨਾਂ ਨੇ ਕਰਿਆ ਕਿਹੋ ਜਿਹਾ, ਉਹਦੇ ਵਿੱਚ ਦੱਸਿਆ ਕਿ ਭਰਾ ਕਿਹੋ ਜਿਹਾ ਹੋਣਾ ਚਾਹੀਦਾ ਵਾ। ਅੱਜ ਤਾਂ ਭਰਾ ਭਰਾ ਨੂੰ ਮਾਰਨ ਨੂੰ ਫਿਰਦਾ ਵਾ, ਪਰ ਤੁਸੀਂ ਉਹਦੇ ਵਿੱਚ ਤਿਆਗ ਦੇਖੋ। ਸ਼੍ਰੀ ਰਾਮ ਚੰਦਰ ਜੀ ਨੂੰ ਜਦੋਂ ਬਨਵਾਸ ਮਿਲ ਗਿਆ, ਤਾਂ ਜਦੋਂ ਭਰਤ ਨੂੰ ਰਾਜ ਮਿਲਿਆ ਤਾਂ ਭਰਤ ਨੇ ਕਿਹਾ ਵੀ ਨਹੀਂ, ਮੇਰੇ ਬੜੇ ਭਾਈ ਦਾ ਇਹਦਾ ਅਧਿਕਾਰ ਆ, ਇਹ ਉਹਨਾਂ ਨੇ ਉਹਨਾਂ ਦੇ ਪੈਰ ਦੀਆਂ ਜਿਹੜੀਆਂ ਚੱਪਲਾਂ ਲਿਆ ਕੇ ਰਾਜਗੱਦੀ ਖੜਾਊ ਜਿਹੜੀ ਹੈ ਉਹ ਰਾਜਗੱਦੀ 'ਤੇ ਰੱਖੀ। ਤਾਂ ਮੈਂ ਇਹ ਚਾਹੁੰਦਾ ਵੀ ਸਾਨੂੰ ਰਮਾਇਣ ਤੋਂ ਸੇਧ ਲੈਣੀ ਚਾਹੀਦੀ ਹੈ। ਸੋ ਲੁਧਿਆਣਾ ਵਾਸੀਆਂ ਲਈ ਕੀ ਮੈਸੇਜ ਹੈਗਾ ਅਤੇ ਕੀ ਉਹਨਾਂ ਨੂੰ ਮੈਸੇਜ ਆ ਕਿ ਹਾਂ ਵੀ MP ਸਾਹਿਬ ਜਿਹੜੇ ਹੈ ਉਹਨਾਂ ਜਿਹੜੇ ਲੜਨ ਦੀ ਪੂਰੀ ਤਿਆਰੀ 'ਚ? ਇਹ ਤਾਂ ਹੁਣ ਤੁਸੀਂ ਮੈਨੂੰ ਕਹਿ ਰਹੇ ਹੋ, ਪਰ ਮੈਂ ਤੁਹਾਨੂੰ ਬੇਨਤੀ ਕਰੀ ਆ ਜੀ ਵੀ ਜੋ ਲੋਕ ਜਿਹੜੇ ਆ, ਲੋਕਾਂ ਦੀ ਜੋ ਆਵਾਜ਼ ਹੋਏਗੀ ਲੁਧਿਆਣਾ, ਕਦ ਤੱਕ ਸਮਝਦੇ ਹੋ ਕਿ ਲੋਕ ਤੁਹਾਨੂੰ ਕਹਿਣਗੇ ਅਤੇ ਕਦ ਤੱਕ ਜਿਹੜਾ ਲੋਕਾਂ ਨੂੰ ਤੁਹਾਨੂੰ ਤੁਹਾਡੇ ਵੱਲੋਂ ਵੀ ਜਿਹੜਾ ਅਨਾਊਂਸ ਕੀਤਾ ਜਾਏਗਾ? ਲੋਕਾਂ ਨੇ ਅਨਾਊਂਸ ਕਰ ਦੇਣਾ, ਤੁਸੀਂ ਆਪ ਦੇਖੋਗੇ ਨਾ ਵੀ ਲੋਕਾਂ ਨੇ ਜਿਸ ਦਿਨ ਅਨਾਊਂਸ ਕਰਤਾ ਉਸ ਦਿਨ ਮੈਂ ਮੈਦਾਨ 'ਚ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਪਹਿਲੀ ਇੰਟਰਵਿਊ ਤੁਹਾਨੂੰ ਦਊਂਗਾ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਸੋ ਇਹ ਸੀਗੇ ਸਾਡੇ ਨਾਲ ਰਜਨੀਸ਼ ਧੀਗਾਨ ਜੀ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿਤੇ ਨਾ ਕਿਤੇ ਸਾਡੀ ਕਮਿਊਨਿਟੀ ਨੂੰ ਜਿਹੜੀਆਂ ਬਾਕੀ ਪਾਰਟੀਆਂ ਉਹ ਵੋਟ ਬੈਂਕ ਦੀ ਰਾਜਨੀਤੀ ਕਰਕੇ ਜਾਂ ਵੋਟ ਬੈਂਕ ਸਮਝਦੀ ਹੈ ਅਤੇ ਸਾਨੂੰ ਜਿਹੜਾ ਕਿ ਕਿਤੇ ਨਾ ਕਿਤੇ ਨਿਗਲੈਕਟ ਕੀਤਾ ਜਾਂਦਾ, ਪਿੱਛੇ ਛੱਡਿਆ ਜਾਂਦਾ। ਹਾਲਾਂਕਿ ਜੇਕਰ ਗੱਲ ਕਰੀਏ ਲੋਕ ਸਭਾ ਚੋਣਾਂ ਦੀ, ਤਾਂ ਇਸ ਵਾਰੀ ਜੇ ਲੋਕ ਸਾਨੂੰ ਕਹਿਣਗੇ ਤਾਂ ਅਸੀਂ ਜ਼ਰੂਰ MP ਉਮੀਦਵਾਰ ਵੀ ਐਲਾਨੇ ਜਾਵਾਂਗੇ ਅਤੇ ਉਮੀਦਵਾਰੀ ਜਿਹੜੀ ਦਾਅਵਾ ਵੀ ਠੋਕਾਂਗੇ। ਸੋ ਫਿਲਹਾਲ ਲੋਕਾਂ ਦੇ ਇਸ 'ਤੇ ਕੀ ਕਹਿਣਾ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ। ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਰਹਾਂਗੇ, ਦੇਖਦੇ ਰਹੋ, ਬਣੇ ਰਹੋ ਜਨਹਿਤੈਸ਼ੀ। ਧੰਨਵਾਦ।